ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ਼੍ਰੀ ਅਕਾਲ ਕੁਝ ਆਰਾਮ ਕਰਨ ਤੋਂ ਬਾਅਦ ਰੇਨੁਕਾ ਲੇਖ ਤੇ ਉੱਤੇ ਨੇੜੇ ਆਏ ਬਰਸਾਤ ਘਟੀ ਆ ਥੋੜੀ ਥੋੜੀ ਕਿਨਮੇਨ ਜਿਹਨੂੰ ਅਸੀਂ ਆਪਣੇ ਮਾਲਵੇ ਵਿੱਚ ਕਹਿੰਦੇ ਸੀ ਭੂਰ ਪੈ ਰਹੀ ਆ ਹੁਣ ਬਾਕੀ ਸਾਰਾ ਠੀਕ ਆ ਇੱਥੇ ਜਦੋਂ ਆਏ ਆ ਕੇ ਇਹ ਕਿਸ਼ਤੀਆਂ ਦੇਖੀਆਂ ਪੈਡਲ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਨੇ ਹਾਂਸ ਰੂਪੀ ਕਿਸ਼ਤੀਆਂ ਹਾਂਸ ਰੂਪੀ ਕਿਸ਼ਤੀਆਂ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਕੁਝ ਵਿਚਾਰ ਆਏ ਵਿਚਾਰ ਕੀ ਆਏ ਕਿ ਦੁਨੀਆ ਵਿੱਚ ਦੋ ਕਿਸਮ ਦੇ ਵਿਅਕਤੀ ਹੁੰਦੇ ਨੇ ਇੱਕ ਹੰਸ ਰੂਪੀ ਸੁਭਾਅ ਵਾਲੇ ਇੱਕ ਕਾਂ ਰੂਪੀ ਸੁਭਾਅ ਵਾਲੇ ਹੰਸ ਰੂਪੀ ਸੁਭਾਅ ਵਾਲੇ ਜਿਹੜੇ ਵਿਅਕਤੀ ਹੁੰਦੇ ਨੇ ਉਹ ਮੋਤੀ ਲੱਭਦੇ ਨੇ ਚੰਗਾ ਲੱਭਦੇ ਨੇ ਤੇ ਕਾਂ ਰੂਪੀ ਸੁਭਾਅ ਵਾਲੇ ਗੰਦਮੰਦ ਚ ਹੱਥ ਮਾਰਦੇ ਰਹਿੰਦੇ ਆ ਤੇ ਜਦੋਂ ਮੈਂ ਇਹਨਾਂ ਕੋਲੇ ਖੜ ਕੇ ਇਹਦਾ ਹੋਰ ਵਿਸ਼ਲੇਸ਼ਣ ਕਰਨ ਲੱਗਿਆ ਤ ਸਤਮੁ ਚਹਾਨ ਸਰੂਪੀ ਵਿਅਕਤੀਆਂ ਦੇ ਇੰਨੇ ਗੁਣ ਸਾਹਮਣੇ ਆ ਗਏ ਉਹ ਗੁਣਵਾਨ ਨੇ ਉਹ ਖੁਸ਼ ਰਹਿੰਦੇ ਨੇ ਉਹ ਚੰਗਿਆਈ ਲੱਭਦੇ ਨੇ ਉਹਨਾਂ ਨੂੰ ਚਾਨਣ ਦਿਖਾਈ ਦਿੰਦਾ ਉਹ ਦੂਜਿਆਂ ਦੇ ਵਿੱਚੋਂ ਕੋਈ ਤਰ੍ਹਾਂ ਦੀਆਂ ਵਧੀਆ-ਵਧੀਆ ਗੱਲਾਂ ਲੱਭ ਲੈਂਦੇ ਨੇ ਉਹ ਹਰ ਵੇਲੇ ਚੜ੍ਹਦੀ ਕਲਾ ਵਾਲੇ ਹੁੰਦੇ ਨੇ ਉਹ ਕਿਸੇ ਦਾ ਮੰਦਾ ਨਹੀਂ ਸੋਚਦੇ ਉਹ ਗੁਣਵਾਨ ਹੁੰਦੇ ਨੇ ਉਹਨਾਂ ਦੇ ਸੁਪਨੇ ਉੱਚੇ ਹੁੰਦੇ ਨੇ ਉਹਨਾਂ ਦੀ ਉਡਾਨ ਉੱਚੀ ਹੁੰਦੀ ਆ ਉਹਨਾਂ ਦੀ ਸੋਚ ਚੰਗੀ ਹੁੰਦੀ ਆ ਉਹ ਹਰੇ ਭਰੇ ਹੁੰਦੇ ਨੇ ਇਹਨਾਂ ਪਰਬਤਾਂ ਤੇ ਲੱਗੇ ਰੁੱਖਾਂ ਵਾਂਗੂ ਉਹ ਉਚਾਈਆਂ ਛੋਂਦੇ ਨੇ ਉਹ ਬਲੰਦੀਆਂ ਤੇ ਜਾਂਦੇ ਨੇ ਉਹ ਹਮੇਸ਼ਾ ਖੁਸ਼ ਹੁੰਦੇ ਨੇ ਖੁਸ਼ਹਾਲ ਹੁੰਦੇ ਨੇ ਤੇ ਦੂਜਿਆਂ ਨੂੰ ਵੀ ਖੁਸ਼ ਅਤੇ ਖੁਸ਼ਹਾਲ ਸੋਚਦੇ ਨੇ ਮਹਿਸੂਸ ਕਰਦੇ ਨੇ ਕਿ ਇਹ ਵੀ ਸਾਡੇ ਵਾਂਗ ਬਣਨ ਉਹ ਸੋਚਦੇ ਨੇ ਅਸੀਂ ਜਿੱਤੀਏ ਉਹ ਵੀ ਜਿੱਤਣ ਤੇ ਦੂਜੇ ਪਾਸੇ ਜਿਹੜੇ ਕਾਂ ਰੂਪੀ ਲੋਕ ਨੇ ਉਹ ਹਮੇਸ਼ਾ ਹੀ ਨਿਰਾਰਥਕ ਹੁੰਦੇ ਨੇ ਨਕਾਰਾਤਮਕ ਹੁੰਦੇ ਨੇ ਉਹ ਔਗਣ ਲੱਭਦੇ ਨੇ ਉਹ ਕਮੀਆਂ ਲੱਭਦੇ ਨੇ ਉਹ ਖਾਮੀਆਂ ਲੱਭਦੇ ਨੇ ਉਹ ਚੁਸਤ ਚਲਾਕੀਆਂ ਚਬਰਾਕੀਆਂ ਕਰਦੇ ਨੇ ਉਹ ਹਮੇਸ਼ਾ ਹੀ ਸੜੇ ਰਹਿੰਦੇ ਨੇ ਖਿਜੇ ਰਹਿੰਦੇ ਨੇ ਈਰਖਾਲੂ ਹੁੰਦੇ ਨੇ ਝਗੜਾਲੂ ਹੁੰਦੇ ਨੇ ਉਹ ਬਿਨਾਂ ਗੱਲ ਤੋਂ ਹੀ ਦੁਖੀ ਹੁੰਦੇ ਨੇ ਉਹਨਾਂ ਕੋਲੇ ਹੁੰਦੇ ਸੁਦਦੇ ਵੀ ਉਹ ਕਲਪਦੇ ਨੇ ਉਹਨਾਂ ਦੇ ਚਿਹਰੇ ਤੇ ਕਦੇ ਸਮਾਈਲ ਮੁਸਕਰਾਹਟ ਦਿਖਾਈ ਨਹੀਂ ਦਿੰਦੀ ਉਹਦੇ ਮੱਥੇ ਦੇ ਧੋੜੀਆਂ ਪਰਮਾਰ ਰੱਖਦੇ ਨੇ ਉਹ ਹਰ ਵੇਲੇ ਦੁਖੀ ਹੁੰਦੇ ਨੇ ਉਹਨਾਂ ਨੂੰ ਇਹ ਹਰੇ ਭਾਈ ਇਹ ਖੂਬਸੂਰਤ ਦਰਖਤ ਨਹੀਂ ਦਿਖਾਈ ਦਿੰਦੇ ਉਹ ਕਹਿੰਦੇ ਨੇ ਕਿ ਪਹਾੜ ਜੇ ਭਰੇ ਪਏ ਨੇ ਉਹਨਾਂ ਨੂੰ ਨੇਰਾ ਨੇਰਾ ਦਿਖਾਈ ਦਿੰਦਾ ਉਹਨਾਂ ਨੂੰ ਪਾਣੀ ਦੇ ਵਿੱਚੋਂ ਉਹਨਾਂ ਨੂੰ ਬੂੰਦਾਬਾਂਦੀ ਦੇ ਵਿੱਚੋਂ ਉਹਨਾਂ ਨੂੰ ਬਰਸਾਤ ਦੇ ਵਿੱਚੋਂ ਖੁਸ਼ੀ ਨਹੀਂ ਮਿਲਦੀ ਉਹ ਬਲਕਿ ਤੜਫਦੇ ਨੇ ਕਿੱਥੇ ਮੀਂਹ ਸ਼ੁਰੂ ਹੋ ਗਿਆ ਕਿੱਥੇ ਧੁੱਪ ਨਿਕਲ ਆਈ ਉਹ ਐਸੀ ਸੋਚ ਦੇ ਮਾਲਕ ਹੁੰਦੇ ਨੇ ਦੋਸਤੋ ਇਹ ਦੋਨੋਂ ਕਿਸਮ ਦੇ ਸੁਭਾਰੂਪੀ ਲੋਕਾਂ ਦੇ ਵਿੱਚੋਂ ਜੇ ਅਸੀਂ ਰਸਤਾ ਚੁਣਨਾ ਤਾਂ ਹੰਸ ਰੂਪੀ ਲੋਕਾਂ ਵਾਲਾ ਰਸਤਾ ਚੁਣੀਏ ਖੁਸ਼ ਰਹੀਏ ਖੁਸ਼ ਰੱਖੀਏ ਚੰਗਾ ਸੋਚੀਏ ਚੰਗਾ ਬੋਲੀਏ ਚੰਗੇ ਰਹੀਏ ਆਪ ਵੀ ਖੁਸ਼ ਦੂਜੇ ਵੀ ਖੁਸ਼ ਆਪ ਵੀ ਚੰਗੇ ਦੂਜੇ ਵੀ ਚੰਗੇ ਆਪਣੇ ਵਿੱਚ ਵੀ ਚੰਗਿਆਈ ਭਰੀਏ ਤੇ ਦੂਜਿਆਂ ਦੇ ਵਿੱਚੋਂ ਵੀ ਚੰਗਿਆਈ ਲੱਭੀਏ ਇਹ ਦੁਨੀਆ ਬਹੁਤ ਖੂਬਸੂਰਤ ਲੱਗੇਗੀ ਲੱਗੇਗੀ ਕਿ ਯਕੀਨਨ ਤੌਰ ਤੇ ਇਹ ਦੁਨੀਆ ਬਹੁਤ ਖੂਬਸੂਰਤ ਹੈ ਇੱਕ ਕਾਦਰ ਦੀ ਕਿਰਪਾ ਬਹੁਤ ਕਮਾਲ ਦੀ ਹੈ ਉਸਨੇ ਬੜੇ ਖੂਬਸੂਰਤ ਤਰੀਕੇ ਦੇ ਵਿੱਚ ਸਮੁੱਚੀ ਕਾਇਨਾਤ ਨੂੰ ਸਿਰਜਿਆ ਹੈ ਤੇ ਮੈਂ ਸਜਦਾ ਕਰਦਾ ਹਾਂ ਉਸ ਕਾਦਰ ਦੀ ਸਾਰੀ ਮਹਿਮਾ ਨੂੰ ਬਹੁਤ ਬਹੁਤ ਧੰਨਵਾਦ